ਸਾਡੇ ਜ਼ਿਲ੍ਹਾ ਪ੍ਰਧਾਨ ਰਮਨ ਜੀ ਦੇ ਸੱਦੇ ਉੱਤੇ ਨਰੇਸ਼ ਬਾਜਨ ਜੀ ਨੂੰ, ਜਿਹੜੇ ਕਿ ਸਾਡੇ ਹਲਕੇ ਦੇ ਨਵੇਂ ਇੰਚਾਰਜ ਬਣੇ ਨੇ, ਇੱਕ ਬੜੀ ਵੱਡੀ ਮੀਟਿੰਗ ਜਿਹੜੀ ਸੀ ਬੜੀ ਸ਼ਾਰਟ ਟਾਈਮ 'ਤੇ ਕੀਤੀ ਗਈ। ਉੱਥੇ ਸਾਰੇ ਵਰਕਰ ਜਿਹੜੇ ਸੀ ਉਹਨਾਂ ਨੇ ਆਣ ਕੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਅਤੇ ਮਹਾਜਨ ਸਾਹਿਬ ਨੂੰ ਸਫਲਤਾ ਦਿਵਾਉਣ ਵਾਸਤੇ ਵਿਚਾਰਾਂ ਕੀਤੀਆਂ। ਸਰਦਾਰ ਰਮਨਦੀਪ ਸਿੰਘ ਸੰਧੂ ਜੀ ਦੇ ਗ੍ਰਹਿ ਵਿਖੇ ਜਿਹੜਾ ਅੱਜ ਬੜਾ ਵੱਡਾ ਇਕੱਠ ਕੀਤਾ ਗਿਆ, ਲਗਭਗ ਰਮਨਦੀਪ ਸਿੰਘ ਜੀ ਸੰਧੂ ਨੇ ਦੱਸਿਆ ਕਿ 40-42 ਤੋਂ 45 ਪਿੰਡਾਂ ਦੇ ਸਾਰੇ ਸਰਪੰਚ ਸਾਹਿਬਾਨ ਜਾਂ ਕੁਝ ਜਿਹੜੇ ਵਿਆਹ ਸ਼ਾਦੀਆਂ 'ਚ ਨਹੀਂ ਆ ਸਕੇ ਉਹਨਾਂ ਨਗਰਾਂ 'ਚੋਂ ਸਾਰੇ ਲੋਕ ਆਏ ਨੇ, ਪ੍ਰਮੁੱਖ ਲੋਕ। ਮੈਂ ਸਮਝਦਾ ਵੀ ਇਹ ਜਿਹੜਾ ਜ਼ਿਲ੍ਹਾ ਪ੍ਰਧਾਨਗੀ ਦਾ ਅਨਾਊਂਸ ਕੀਤਾ ਜਾਣਾ, ਰਮਨ ਸੰਧੂ ਜੀ ਜ਼ਿਲ੍ਹਾ ਪ੍ਰਧਾਨ ਦੇ ਹੱਕਦਾਰ ਸੀ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਸੁਚੱਜੀ ਸੋਚ ਨੇ ਔਰ ਜਿਹੜੀ ਦੂਰ ਅੰਦੇਸ਼ੀ ਸੋਚ ਉਹਨਾਂ ਦੀ ਪ੍ਰਧਾਨ ਜੀ ਦੀ, ਅਕਾਲੀ ਦਲ ਨੂੰ ਚੜ੍ਹਦੀ ਕਲਾ 'ਚ ਖੜ੍ਹਨ ਵਾਸਤੇ ਰਮਨਦੀਪ ਸਿੰਘ ਜੀ ਸੰਧੂ ਵਰਗੇ ਨੌਜਵਾਨ ਜਿਹੜੇ ਹੀਰੇ ਤਲਾਸ਼ੇ ਨੇ, ਮੈਂ ਸਮਝਦਾ ਵੀ ਉਹ ਵਧਾਈ ਦੇ ਪਾਤਰ ਨੇ। ਅੱਜ ਜਿਹੜਾ ਇਕੱਠ ਕੀਤਾ ਉਹ ਇਕੱਠ ਨੇ ਸਾਬਤ ਕੀਤਾ ਵੀ ਉਹ ਰਮਨਦੀਪ ਸਿੰਘ ਜੀ ਦੇ ਸੰਧੂ ਦੇ ਦੁੱਖ ਸੁੱਖ ਹਰ ਕਿਸੇ 'ਚ ਸ਼ਾਮਿਲ ਹੋਣ ਕਰਕੇ ਉਹ ਸਾਰੇ ਇਹਨਾਂ ਦੇ ਨਾਲ ਚੜ੍ਹਦੀ ਕਲਾ ਵਾਸਤੇ ਨਾਲ। ਪ੍ਰਧਾਨ ਜੀ, ਮੌਜੂਦਾ ਸਰਕਾਰ ਬਾਰੇ ਕੀ ਕਹਿਣਾ ਚਾਹੋਗੇ? ਮੌਜੂਦਾ ਸਰਕਾਰ ਜਿਹਨੂੰ ਕਹਿੰਦੇ ਆ ਨਾ, ਮੈਂ ਕਹਿੰਦਾ ਕਮੇਡੀਅਨ ਸਰਕਾਰ ਆ। ਉਹ ਅਜੇ ਤੱਕ ਕਮੇਡੀ ਤੋਂ ਬਾਹਰ ਨਹੀਂ ਨਿਕਲਣ ਡਿਆ। ਉਹ ਕੀ ਦਿਨੇ ਬੋਲਦਾ, ਕੀ ਦੁਪਹਿਰੀ ਬੋਲਦਾ, ਕੀ ਰਾਤੀ ਬੋਲਦਾ। ਉਹ ਕਹਿੰਦਾ ਜੀ ਦਫ਼ਤਰਾਂ 'ਚ ਜਾਓ ਅਤੇ ਕੰਮ ਕਰਾਓ, ਆਪਣੇ ਆਪ ਦਫ਼ਤਰ ਤੁਹਾਡੇ ਘਰ ਆਏਗਾ। ਪਰ ਦਫ਼ਤਰਾਂ 'ਚ ਜਾਓ ਤਾਂ ਲੁੱਟਮਾਰ ਤੋਂ ਇਲਾਵਾ ਕੋਈ ਨਹੀਂ ਮਿਲਦਾ ਪਿਆ। ਲੋਕ ਐਂਡਲੈਸ ਕਰਪਸ਼ਨ ਹੋ ਗਈ ਆ ਔਰ ਐਂਡਲੈਸ ਜਿਹੜੀ ਕਰਪਸ਼ਨ ਹੈ ਉਹਦੇ 'ਚ ਕੰਮ ਵੀ ਕਿਸੇ ਦਾ ਨਹੀਂ ਹੁੰਦਾ ਪਿਆ। ਔਰ ਮੈਂ ਸਮਝਦਾ ਵੀ ਅਗਰ ਇਹਨਾਂ ਦੀ ਸਹੀ ਮਿਹਨਤ 'ਚ ਜਾਂਚ ਕਰਾਈ ਜਾਏ ਤਾਂ ਜਿਹੜਾ ਪੰਜਾਬ ਦੇ ਵਿੱਚ ਜੋ ਅਗਰ ਦੂਰ ਦੇਸ਼ੀ ਨਾਲ ਦੇਖੋ, ਕੋਈ ਭੈਣ ਸਾਡੀ ਗਹਿਣਾ ਪਾ ਕੇ ਬਾਹਰ ਨਹੀਂ ਨਿਕਲ ਸਕਦੀ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਤੁਸੀਂ ਦੇਖਿਆ ਵੀ ਉਹਨੇ ਕੀ ਕਿਹਾ ਸੀ ਕਿ ਜਿਸ ਦੇ ਮਰਜ਼ੀ ਕੋਈ ਭੈਣ ਸਾਡੀ ਚਲੀ ਜਾਵੇ ਅਤੇ ਉਹਦੇ ਵੱਲ ਕੋਈ ਅੱਖ ਨਹੀਂ ਕਰ ਸਕਦਾ। ਅਤੇ ਅੱਜ ਭੈਣ ਸਾਡੀ ਕੋਈ ਗਲੀ 'ਚ ਨੱਥ ਪਾ ਕੇ ਵੀ ਜਾਣ ਜੋਗੀ ਨਹੀਂ ਰਹੀ ਔਰ ਨਸ਼ਿਆਂ ਦਾ ਦਰਿਆ ਵਗਣ ਡਿਆ ਪੰਜਾਬ ਦੇ ਅੰਦਰ। ਨਸ਼ਿਆਂ ਦਾ ਬੋਲਬਾਲਾ ਔਰ ਸਨੈਚਿੰਗ ਹੈ ਔਰ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਮਾਈਨਿੰਗ ਦੀ, ਜਿਹੜੀ ਬੜੀ ਖੱਪ ਪਾਈ ਸੀ, ਲੋਕ ਵੀ ਬਦਲਾਓ ਦੀ ਲਹਿਰ 'ਚ ਚਲੇ ਗਏ। ਉਸ ਵੇਲੇ ਮੈਨੂੰ ਇਹ ਵੀਰ ਤੁਸੀਂ ਹੀ ਦੱਸੋ ਵੀ ਉਸ ਵੇਲੇ ਕੀ ਰੇਟ ਸੀ ਰੇਤਾ ਦਾ ਅਤੇ ਕੀ ਰੇਟ ਸੀ ਅਕਾਲੀ ਦਲ ਵੇਲੇ ਬਜਰੀ ਦਾ, ਅਤੇ ਅੱਜ ਦਾ ਰੇਟ 3 ਗੁਣਾ ਉੱਤੇ ਚਲਾ ਗਿਆ ਅਤੇ ਕੋਈ ਨਹੀਂ ਬੋਲਦਾ, ਕੋਈ ਪਰਵਾਹ ਨਹੀਂ ਕਰਦਾ। ਮੈਨੂੰ ਤਾਂ ਹੋਰ ਪਤਾ ਲੱਗਾ ਵੀ ਤੁਸੀਂ ਪੱਤਰਕਾਰ ਵੀਰ ਖੜ੍ਹੇ ਨੇ, ਮੈਂ ਪੁੱਛਣਾ ਚਾਹੁੰਦਾ ਵੀ ਉਹ ਕਹਿੰਦੇ ਆ ਵੀ ਜਿਹੜਾ ਕੋਈ ਖਬਰ ਲਾਊਗਾ ਉਹਦੀ ਵੀ ਪੱਤਰਕਾਰਤਾ ਰੱਦ ਕਰਦੀ ਜਾਊਗੀ। ਲੋਕਤੰਤਰ ਦਾ ਗਲਾ ਘਾਣ ਕੀਤਾ ਜਾ ਰਿਹਾ, ਲੋਕਤੰਤਰ ਨੂੰ ਮਾਰਿਆ ਜਾ ਰਿਹਾ। ਇਹ ਜਿਹੜੀਆਂ ਚੀਜ਼ਾਂ ਨੇ ਆਉਣ ਵਾਲੇ ਸਮੇਂ 'ਚ ਲੋਕ ਇਹਦਾ ਜਵਾਬ ਦੇਣਗੇ ਔਰ ਲੋਕ ਜਵਾਬ ਹੀ ਨਹੀਂ ਦੇਣਗੇ, ਇਹਨਾਂ ਨੂੰ ਮੂੰਹ ਨਹੀਂ ਲਾਉਣਗੇ, ਲੋਕ ਇਹਨਾਂ ਦੀ ਨਸਲ ਨੂੰ ਬੜੀ ਛੇਤੀ ਪਛਾਣਗੇ। ਅੱਜ ਵਿਧਾਨ ਸਭਾ ਹਲਕਾ ਬਟਾਲਾ ਦੀ ਇੱਕ ਬਹੁਤ ਵੱਡੀ ਮੀਟਿੰਗ ਸੀਨੀਅਰ ਵਰਕਰ ਸਾਹਿਬਾਨਾਂ ਦੀ, ਸੀਨੀਅਰ ਆਗੂ ਸਾਹਿਬਾਨਾਂ ਦੀ, ਜਿਹੜੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਬੁਲੰਦ ਕਰਦੇ ਆਏ ਆ, ਉਹਨਾਂ ਦੀ ਇੱਕ ਬਹੁਤ ਵੱਡੀ ਮੀਟਿੰਗ ਨਸ਼ਹਿਰਾ ਮੱਝਾ ਸਿੰਘ ਵਿਖੇ ਹੋਈ ਆ।
ਅੱਜ ਇਸ ਹਲਕੇ ਦੇ ਜਿਹੜੇ ਨਵੇਂ ਲੱਗੇ ਇੰਚਾਰਜ ਸ਼੍ਰੀ ਨਰੇਸ਼ ਮਹਾਜਨ ਜੀ ਇਸ ਮੀਟਿੰਗ 'ਚ ਆਏ ਆ। ਇਹ ਜਿਹੜੀ ਮੀਟਿੰਗ ਆ ਜੋ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ, ਸਮੁੱਚੀ ਲੀਡਰਸ਼ਿਪ ਨੇ, ਸਰਦਾਰ ਬਿਕਰਮ ਸਿੰਘ ਜੀ ਮਜੀਠੀਆ ਸਾਹਿਬ ਨੇ, ਜਿਵੇਂ ਪਿਛਲੇ ਦਿਨੀ ਕੋਰ ਕਮੇਟੀ ਨੇ ਇੱਕ ਮੀਟਿੰਗ ਕਰਕੇ ਜਿਹੜੀ ਰੂਪਰੇਖਾ ਲਿਖੀ ਆ ਕਿ ਆਉਂਦੀਆਂ ਜਿਹੜੀਆਂ ਇਲੈਕਸ਼ਨਾਂ, ਚਾਹੇ ਉਹ ਜ਼ਿਲ੍ਹਾ ਪ੍ਰੀਸ਼ਦ ਹੋਵੇ, ਬਲਾਕ ਸੰਮਤੀ ਹੋਵੇ ਜਾਂ ਲੋਕ ਸਭਾ ਦੀਆਂ ਚੋਣਾਂ ਹੋਣ, ਉਹਨਾਂ ਦੇ ਸੰਬੰਧ ਵਿੱਚ ਜਿਹੜੀ ਇਹ ਮੀਟਿੰਗ ਕੀਤੀ ਆ, ਔਰ ਸਾਰੇ ਸੀਨੀਅਰ ਵਰਕਰ ਅਤੇ ਆਗੂ ਸਾਹਿਬਾਨਾਂ ਨੇ ਇੱਕ ਅੱਜ ਪ੍ਰਣ ਕੀਤਾ ਕਿ ਜਿਹੜੀ ਵਿਧਾਨ ਸਭਾ ਹਲਕਾ ਬਟਾਲਾ ਦੀ ਜਿਹੜੀ ਆ ਉਹ ਮਤਲਬ ਅਸੀਂ ਆਉਂਦੇ ਦਿਨਾਂ ਦੇ ਵਿੱਚ ਵਿੱਚ ਤਕੜੇ ਹੋ ਕੇ, ਜਿੱਦਾਂ ਸਾਡੇ ਹਲਕੇ ਦੇ ਇੰਚਾਰਜ ਸ਼੍ਰੀ ਨਰੇਸ਼ ਮਹਾਜਨ ਜੀ ਉਹਨਾਂ ਨੇ ਵੀ ਕਿਹਾ ਕਿ ਤਕੜੇ ਹੋ ਕੇ ਹਰ ਪਲੇਟਫਾਰਮ 'ਤੇ ਜਿਹੜੀ ਉਹ ਲੜਾਈ ਆ ਅਸੀਂ ਲੜਾਂਗੇ। ਜਿੱਦਾਂ ਸਾਡੇ ਜੁਝਾਰੂ ਵਰਕਰ ਲੀਡਰ ਸਾਹਿਬਾਨ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਬੁਲੰਦ ਕਰਦੇ ਆਏ ਆ, ਇਹ ਬਟਾਲਾ ਹਲਕੇ ਦੇ ਵਿੱਚ ਆਉਂਦੀਆਂ ਜਿਹੜੀਆਂ ਇਲੈਕਸ਼ਨਾਂ ਵਾ ਉਹ ਤਗੜੇ ਹੋ ਕੇ ਲੜਾਂਗੇ ਅਤੇ ਹਰ ਪਲੇਟਫਾਰਮ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਜਿਹੜੀ ਆ ਤਗੜੇ ਹੋ ਕੇ ਯਾਤਰਾ ਜਿਹੜੀ ਆ ਪ੍ਰਧਾਨ ਜੀ ਨੇ ਡੇਟਾ ਦੇ ਦੇਣੀਆਂ ਆਉਂਦੇ ਦਿਨਾਂ 'ਚ ਸਾਡੇ ਹਲਕਿਆਂ 'ਚ ਕਦੋਂ ਆਉਣਾ, ਉਹਨਾਂ ਇੱਕ ਹਲਕੇ ਦੇ ਵਿੱਚ ਜਿਹੜੀ 20 ਕਿਲੋਮੀਟਰ ਦੇ ਜਿਹੜਾ ਵਾ ਉਹ ਇੱਕ ਹਲਕੇ ਦੇ ਵਿੱਚ ਕਰਿਆ ਕਰਨਾ, ਔਰ ਦੋ ਹਲਕੇ ਰੋਜ਼ ਛੱਡਿਆ ਕਰਨੇ ਆ ਨੇੜੇ ਨੇੜੇ ਦੇ, ਅਤੇ ਉਹਦੇ ਹਲਕਿਆਂ ਦੇ ਵਿੱਚ ਜਿਹੜੀ ਹਲਕਾ ਇੰਚਾਰਜ ਅਤੇ ਸਾਡੇ ਸੀਨੀਅਰ ਜਿਹੜੀ ਵਰਕਰ ਸਾਹਿਬਾਨ ਲੀਡਰ ਸਾਹਿਬਾਨ ਉਹਨਾਂ ਨਾਲ ਹਰ ਹਲਕੇ ਦੇ ਨਾਲ ਸਲਾਹ ਕਰਾਂਗੇ ਔਰ ਉਹਦੇ ਪੁਆਇੰਟ ਬਣਾਵਾਂਗੇ। ਔਰ ਇੱਕ ਜਿਹੜੀ ਯਾਤਰਾ ਆ ਪੰਜਾਬ ਬਚਾਓ ਯਾਤਰਾ ਜੋ ਅੱਜ ਲੋਕ ਤਰਾਈ ਤਰਾਈ ਕਰ ਗਏ ਆ, ਲਾ ਐਂਡ ਆਰਡਰ ਦੀ ਸਥਿਤੀ ਬਹੁਤ ਵਿਗੜ ਚੁੱਕੀ ਆ ਉਹਦੇ ਸੰਬੰਧ 'ਚ, ਔਰ ਜਿਹੜੀ ਸਰਕਾਰ ਝੂਠੇ ਲਾਰੇ ਲਾ ਕੇ ਜਿਹੜੀ ਸੱਤਾ ਹਾਸਲ ਕੀਤੀ ਆ ਉਹਦੇ ਖਿਲਾਫ਼ ਇਹ ਜਿਹੜੀ ਯਾਤਰਾ ਆ ਰਹੀ ਆ, ਔਰ ਪ੍ਰਧਾਨ ਸਾਹਿਬ ਜਦੋਂ ਆਉਣਗੇ ਉਹ ਵੀ ਵੱਡੇ ਤਗੜੇ ਲੈਵਲ 'ਤੇ ਜਿਹੜੀ ਉਹ ਇਹਨਾਂ ਹਲਕੇ 'ਚ ਗੱਲ ਕਰੀਏ ਰੇਤ ਮਾਫੀਆ ਦਾ ਆਪਣਾ ਇਹਨਾਂ ਇਲੈਕਸ਼ਨਾਂ ਲੜੀਆਂ ਆਮ ਆਦਮੀ ਪਾਰਟੀ ਨੇ ਕੀ ਕਹਿਣਾ ਚਾਹੁੰਦਾ? ਮੈਂ ਨਾ ਜੀ ਜੋ ਹਾਲ ਮਾਈਨਿੰਗ ਦਾ ਰੇਤ ਮਾਫੀਆ ਦਾ ਹੁਣ ਹੋਇਆ ਇਤਿਹਾਸ 'ਚ ਕਦੀ ਨਹੀਂ ਹੋਇਆ। ਇਹਨਾਂ ਨੇ ਪਹਿਲਾਂ ਕਿਹਾ ਸੀ ਕਿ ਜਿਹੜਾ ਇੰਨਾ ਰੈਵੀਨਿਊ ਅਸੀਂ ਇਕੱਠਾ ਇੱਧਰੋਂ ਕਰਾਂਗੇ, ਇੰਨਾ ਸ਼ਰਾਬ ਤੋਂ ਕਰਾਂਗੇ, ਇੰਨਾ ਉੱਥੋਂ, ਜੋ ਕੇਜਰੀਵਾਲ ਨੇ ਉੱਥੇ ਕੀਤਾ ਉਹ ਵੀ ਤੁਹਾਨੂੰ ਪਤਾ, ਸ਼ਰਾਬ ਘੁਟਾਲੇ ਦਾ, ਜੋ ਮਾਈਨਿੰਗ ਦਾ ਰੇਤ ਮਾਫੀਆ ਦਾ ਇੱਥੇ ਹੋ ਰਿਹਾ ਜੱਗ ਜਾ ਰਿਹਾ, ਲੋਕਾਂ ਨੂੰ ਬਿਲਕੁਲ ਜਿਹੜੀ ਰੇਤ ਆ ਉਹ ਉਹਨਾਂ ਦੀ ਹੋਂਦ ਤੋਂ ਬਾਹਰ ਹੁੰਦੀ ਜਾ ਰਹੀ ਆ, ਮੈਂ ਸਮਝਣਾ ਕਿ ਬਹੁਤ ਮਾੜੀ ਗੱਲ ਆ। ਸਰਕਾਰਾਂ ਜਿਹੜੀਆਂ ਵਾ ਇਹ ਝੂਠੇ ਲਾਰੇ ਲਾ ਕੇ ਹੋਂਦ 'ਚ ਆਈਆਂ ਸੀ, ਉਹਨਾਂ ਦਾ ਜਿਹੜਾ ਇਹ ਬਹੁਤ ਮਾੜਾ ਵਤੀਰਾ ਅਤੇ ਲੋਕਾਂ ਨਾਲ ਜਿਹੜੇ ਕੀਤੇ ਵਾਅਦੇ ਉਹ ਵੀ ਨਹੀਂ ਪੂਰੇ ਕਰ ਰਹੇ। ਸੋ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹੀ ਹੋਣ ਦੇ ਨਾਤੇ, ਜ਼ਿਲ੍ਹੇ ਦਾ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ, ਮੈਂ ਇੱਕ ਵਾਰ ਸਰਕਾਰ ਨੂੰ ਵੀ ਅਪੀਲ ਕਰਨਾ ਕਿ ਜਿਹੜੀ ਇਹ ਗੂੰਗੀ ਬੋਲੀ ਸਰਕਾਰ ਆ ਇਹ ਲੋਕਾਂ ਨਾਲ ਵਾਅਦੇ ਵੀ ਪੂਰੇ ਕਰੇ ਔਰ ਇਹੋ ਜਿਹੇ ਰੇਤ ਮਾਫੀਏ ਦੂਜਿਆਂ ਇਹਨਾਂ ਨੂੰ ਨੱਥ ਪਾਵੇ।